ਤਾਂ ਮੈਂ ਮੇਰੀ ਜੋਤ ਪ੍ਰਕਾਸ਼ ਕਹਿੰਦਾ ਵੀ ਵਲੌਗ ਬਣਾਉਣਾ ਤਾਂ ਕਰਕੇ ਵੈਸੇ ਆਪਾਂ ਕਿਤੇ ਲੰਗਰ ਦਾ ਵਲੌਗ ਬਣਾਇਆ ਨਹੀਂ ਆ ਪਰ ਅੱਜ ਲੰਗਰ ਦੀ ਤਿਆਰੀ ਤੁਹਾਨੂੰ ਦੱਸਣੀ ਹੈ ਵੀ ਕਿਵੇਂ ਲੰਗਰ ਤਿਆਰ ਹੁੰਦਾ ਹੈ ਕਿਵੇਂ ਸਾਡੇ ਬੱਚੇ ਆ ਕੇ ਸੇਵਾ ਕਰਾਉਂਦੇ ਨੇ ਇੱਕ ਹੋਰ ਨਵੇਂ ਬੱਚੇ ਆ ਗਏ ਆਪਣੇ ਕੋਲ ਸੇਵਾ ਕਰਾਉਣ ਵਾਸਤੇ ਕਰੀਏ ਭਜਨ ਸਿੰਘ ਜੀ ਖੁਦ ਆਪ ਲੱਗੇ ਨੇ ਬੱਬੂ ਜੀ ਵੀ ਅੱਗੇ ਨਾਲ ਆਪਣੇ ਵੀਰ ਜੀ ਰਣਜੀਤ ਜੀ ਬੱਚੇ ਆ ਗਏ ਸਾਰੇ ਸੇਵਾ ਤੇ ਸ਼ੁਰੂਆਤ ਹੈ ਤੇ ਲੰਗਰ ਤਿਆਰ ਹੋਣਾ ਜੀ ਵਾਹਿਗੁਰੂ 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 ਜੀ ਜੀ ਅੱਜ ਵੀ ਆਪਾਂ ਮਤਲਬ ਕਿ ਇਹ ਸਿਲੰਡਰਾਂ ਤੇ ਕਿਉਂ ਬਣਾਉਂਦੇ ਭੱਠੀਆਂ ਪੁੱਛਿਆ ਦੇ ਆਪਾਂ ਚੁੱਲ੍ਹੇ ਤੇ ਕਿਉਂ ਬਣਾਉਂਦੇ ਲੰਗਰ ਕਿਉਂਕਿ ਗੱਲ ਤਾਂ ਕਹਿ ਰਹੀ ਹੈ ਵੀ ਜਦੋਂ ਉਹ ਸਿਲੰਡਰ ਤੇ ਉਹ ਸਵਾਦ ਨਹੀਂ ਪਕਦਾ ਲੰਗਰ ਕੋਈ ਛੱਡਿਆ ਹੋਣਾ ਜਦੋਂ ਆਪਾਂ ਜਿੱਥੇ ਬੰਨੀਆਂ ਜਾਂਦੇ ਹਾਂ ਬਾਹਰ ਵੱਡੇ ਵੱਡੇ ਲੰਗਰ ਹੁੰਦੇ ਆ ਉੱਥੇ ਉਹ ਤਕਰੀਬਨ ਨਾ ਲੱਕੜ ਦਾ ਹੀ ਬਣਦਾ ਹੈ ਇਹ ਜੋ ਲੱਕੜ ਦੇ ਮੱਠੀ ਮੱਠੀ ਅੱਗ ਤੇ ਚੱਲਦਾ ਨਾ ਲੰਗਰ ਉਹ ਚੀਜ਼ ਵੱਖਰੀ ਹੈ ਜੀ ਤੇ ਇੱਕ ਜਿਹੜਾ ਸਿਲੰਡਰ ਦਾ ਹੋਣਾ ਉਹ ਨਹੀਂ ਹੋਣਾ ਲੱਕੜਾਂ ਦੀ ਅੱਗ ਦਾ ਬਹੁਤ ਟੇਸਟ ਆਉਂਦਾ ਤੁਸੀਂ ਸ਼ਾਮ ਨੂੰ ਲੰਗਰ ਛੱਡਿਆ ਜੇ ਮਾਰੇ ਦੀ ਕਿਰਪਾ ਨਾਲ ਬਣਾਉਣਾ ਤਾਂ ਮਾਰਾ ਹੀ ਹੈ ਆਪ ਦੀ ਕਿਰਪਾ ਨਾਲ ਤੇ ਤੁਸੀਂ ਸ਼ਾਮ ਨੂੰ ਨਾ ਉਹਦਾ ਵੀ ਸਵਾਦ ਦੇਖ ਲੈ ਜੇ ਤੇ ਸਿਲੰਡਰ ਦੀ ਅੱਗ ਦਾ ਵੀ ਸਵਾਦ ਦੇਖ ਲੈ ਠੀਕ ਹੈ ਦੀਦੀ ਆਪਣੇ ਕਹਿੰਦੇ ਚੌਲ ਚੌਲ ਬਣਾ ਲੈਣੇ ਆ ਕਿ ਫਰੋਮ ਚੌਲ ਉਹ ਬਣਾ ਲਏ ਹੁਣ ਉਹ ਵੀ ਦੇਖਦੇ ਆ ਕਿਵੇਂ ਰੈਸਪੀ ਬਣਾਉਂਦੇ ਆ ਵਾਹਿਗੁਰੂ 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 ਵਾਹਿਗੁਰੂ